सुल्तान मल्टीमीडिया 786 चैनल नाल जुड़ियां सारियां संगतां नूं जय पीरां दी। अज दी वीडियो विच असीं तुहानूं सिद्ध बली सहि चानो पीर बादशाह जिन्हां दा साल हुंदा है पिंडां दे विच जिन्हां दे थड़े बने हुंदे आ उन्हां दा साल पिंड बिंजो जिला हुशियारपुर दे विच करवाया गया सी जिते 41 मलंगां दी साल तों पहला पूजा तोरी जांदी आ ते उस वेले नंगे पैरां दे नाल 41 मलंगां दा धूना किदा बुझाया जांदा है ये दिखावांगे। सो हाथ जोड़ के बेनती है इस वीडियो नूं पूरा जरूर देखियो ते इस चैनल नूं भी जरूर सबसक्राइब करियो। पीरां दी प्यारी साध संगत जी सिद्ध बली सहि चानो जिन्हां नूं मौत दा चौथा हिस्सा बख्शीश आ आला रुतबा है सिद्ध बली सहि चानो जी दा जिहड़े कि नंगरां दे विच जान माल दी सुख हुंदी है। जीव जंतु पशु पक्षी डंगर ते इंसान जिन्हां दी सुख वास्ते ये साल दिता जांदा है तो साल तो पहला 41 मलंगां दी पूजा तोरी जांदी है ते उस पूजा दे विच 41 मलंगां दा बलदा धूना नंगे पैरां दे नाल बुझाया जांदा है। सुआव देखिए किवें बाबा सिद्ध चानो जी दा साल ते 41 मलंगां दी पूजा तोरी जांदी आ ते उन्हां दा धूना नंगे पैरां दे नाल किदां बुझाया जांदा है। ਜੋ ਸਿੱਧ ਬਲੀ ਸਹਿ ਚਾਨੋ ਪੀਰ ਜੀ ਦੇ ਭਗਤ ਹੁੰਦੇ ਹਨ ਉਹਨਾਂ ਦੇ ਦੁਆਰਾ ਇਹ ਰਸਮ ਅਦਾ ਕੀਤੀ ਜਾਂਦੀ ਆ। ਕਈ ਪਿੰਡਾਂ ਦੇ ਵਿੱਚ ਹਰ ਸਾਲ ਕਈ ਪਿੰਡਾਂ ਦੇ ਵਿੱਚ 3 ਸਾਲ ਬਾਅਦ ਇਹ ਸਾਲ ਕਰਵਾਏ ਜਾਂਦੇ ਆ। ਬਾਬਾ ਸਹਿ ਚਾਨੋ ਜੀ ਦੇ ਮੁੱਖ ਦਰਬਾਰ ਮੁੱਖ ਥੜਾ ਹੈ ਸਮੈਲਾ ਹਿਮਾਚਲ ਪ੍ਰਦੇਸ਼ ਦੇ ਵਿੱਚ ਉਹ ਵੀ ਦਰਬਾਰ ਬਹੁਤ ਹੀ ਸੋਹਣਾ ਅਤੇ ਆਲੀਸ਼ਾਨ ਆ। ਉੱਥੇ ਹਰ ਸਾਲ ਸਾਲ ਕਰਵਾਇਆ ਜਾਂਦਾ ਹੈ ਦਸੰਬਰ ਮਹੀਨੇ ਦੇ ਵਿੱਚ ਅਤੇ ਇੱਥੇ 3 ਸਾਲ ਬਾਅਦ ਕਰਵਾਇਆ ਜਾਂਦਾ ਹੈ ਇਸ ਨਗਰ ਦੇ ਵਿੱਚ ਬਾਬਾ ਸਹਿ ਚਾਨੋ ਜੀ ਦਾ ਸਾਲ ਅਤੇ ਇਸੇ ਸਾਲ ਦੇ ਮੌਕੇ 'ਤੇ ਇਹ ਧੂਣਾ ਬੁਝਾਇਆ ਜਾਂਦਾ ਹੈ। ਨਗਰ ਦੀ ਸੁੱਖ ਸ਼ਾਂਤੀ ਲਈ ਦੁੱਖਾਂ ਤਕਲੀਫਾਂ ਨੂੰ ਦੂਰ ਕਰਨ ਦੇ ਲਈ ਇਹ ਧੂਣਾ ਬੁਝਾਇਆ ਜਾਂਦਾ ਹੈ। ਜਿੰਦਾ ਕਰਾਮਾਤ ਹੈ ਬਾਬਾ ਸਿੱਧ ਚਾਨੋ ਜੀ ਦੀ ਤੁਸੀਂ ਵੀ ਦੇਖੋ। ਕਾਲੀ ਕਾਲੀ ਦੀ ਵਿਆਹ ਬਾਲ ਬੱਚੇ ਉਹਨਾਂ ਦੇ ਆਸਤੀਨ ਕਾਲੀ ਸਾਡੇ ਦਾ ਤੁਹਾਡੇ ਕੇ ਇਹ ਤੁਹਾਡੇ
ਪੀਰਾਂ ਦੀ ਪਿਆਰੀ ਸਾਧ ਸੰਗਤ ਜੀ, ਇਸ ਤਰ੍ਹਾਂ ਬਾਬਾ ਸਿੱਧ ਬਲੀ ਸਾਹਿਬ ਚਾਨੋ ਜੀ ਦਾ 41 ਮਲੰਗਾਂ ਦਾ ਬਲ ਦਾ ਧੂੰਆਂ ਨੰਗੇ ਪੈਰਾਂ ਦੇ ਨਾਲ ਬੁਝਾਇਆ ਜਾਂਦਾ ਹੈ ਅਤੇ ਫਿਰ ਇਸ ਨੂੰ ਸਾਰੇ ਸਮਾਨ ਨੂੰ ਇਕੱਠਾ ਕਰਕੇ ਨਗਰ ਦੇ ਵਸੀਮੇ 'ਤੇ ਵਧਾਇਆ ਜਾਂਦਾ ਹੈ ਤਾਂ ਜੋ ਨਗਰ ਦੇ ਵਿੱਚੋਂ ਸਾਰਾ ਦੁੱਖ ਕਲੇਸ਼ ਬਿਮਾਰੀਆਂ ਠਮਾਰੀਆਂ ਬਲਾਵਾਂ ਦੂਰ ਹੋ ਜਾਣ ਅਤੇ ਨਗਰ ਦੇ ਵਿੱਚ ਸੁੱਖ ਸ਼ਾਂਤੀ ਹੋਵੇ। ਸੋ ਪੀਰਾਂ ਫਕੀਰਾਂ ਦੀਆਂ ਹੋਰ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ।